ਹਾਂਜੀ ਦੇਖੋ ਇਹ ਪੌਦਾ ਦੇਖੋ ਮਾਸ਼ਾਅੱਲਾ ਟਿੰਡਿਆਂ ਨਾਲ ਭਰਿਆ ਪਿਆ। ਸਿਰਫ ਇੱਕ ਪੌਦਾ ਨਹੀਂ, ਸਾਰੇ ਪੌਦੇ ਖੇਤ ਦੇ ਵਿੱਚ ਇਸ ਤਰ੍ਹਾਂ ਦੇ ਆ। ਮੈਂ ਇੱਕ ਇੱਕ ਪੌਦਾ ਤੁਹਾਨੂੰ ਦਿਖਾਉਂਦਾ, ਸਾਰੇ ਪੌਦੇ ਮਾਸ਼ਾਅੱਲਾ ਟਿੰਡਿਆਂ ਨਾਲ, ਸ਼ੈਡਿੰਗ ਬਹੁਤ ਘੱਟ। ਮੈਂ ਮੇਕਅਪ ਨਹੀਂ ਕੀਤਾ, ਸ਼ੈਡਿੰਗ ਉਤਾਰੀ ਨਹੀਂ ਹੈ, ਵਿੱਚ ਥੋੜ੍ਹੇ ਥੋੜ੍ਹੇ ਸੁੱਕੇ ਵੀ ਹੈ ਫਲ, ਲੇਕਿਨ ਜ਼ਿਆਦਾਤਰ ਜਿਹੜਾ ਉਹ ਕਾਇਮ ਆ। ਇਹ ਦੇਖੋ ਪੂਰਾ ਖੇਤ ਦਾ ਵਿਊ ਆ। ਐੱਫ ਐੱਚ ਦੀਆਂ ਲਾਈਨਾਂ ਜੀ ਜਿੰਨੀਆਂ ਵੀ ਐੱਫ ਐੱਚ 333 ਤੋਂ ਲੱਗ ਕੇ ਹੁਣ ਤੱਕ 2019 ਤੋਂ ਲੱਗ ਕੇ ਅਸੀਂ ਲਾ ਰਹੇ ਹਾਂ, ਇਹਦਾ ਜਿੰਨਾ ਸੀਡ ਬਣਾ ਲਓ ਸੀਜ਼ਨ ਤੋਂ ਪਹਿਲੇ ਖਤਮ ਹੋ ਜਾਂਦਾ। ਉਹਦੀ ਵਜ੍ਹਾ ਫਾਰਮਰ ਪਸੰਦ ਕਰਦਾ, ਇਹਦੀ ਪੈਦਾਵਾਰ ਸਭ ਤੋਂ ਜ਼ਿਆਦਾ, ਮਾਸ਼ਾਅੱਲਾ ਬਹੁਤ ਪੈਦਾਵਾਰ ਆ ਇਹਦੀ। ਹੁਣ ਦੇਖੋ ਹਰ ਪੌਦਾ ਲੱਦਿਆ ਹੋਇਆ, ਟਿੰਡਿਆਂ ਨਾਲ ਹੀ ਲੱਦਿਆ ਹੋਇਆ। ਹਾਂਜੀ, ਤੋ ਮਾਸ਼ਾਅੱਲਾ ਬਹੁਤ ਹੀ ਅੱਛਾ ਖੇਤ ਹੈ ਇਹ, ਆ 2024 ਕਾ ਮੁਝੇ ਬਿਹਤਰੀਨ ਖੇਤ ਨਜ਼ਰ ਆ ਰਿਹਾ, ਕਿਉਂਕਿ ਇਸਕੇ ਅੰਦਰ ਸ਼ੈਡਿੰਗ ਵੀ ਕਮ ਹੈ ਔਰ ਫਲ ਵੀ ਮਾਸ਼ਾਅੱਲਾ ਅੱਛਾ ਲੈ ਰਿਹਾ ਔਰ ਹਾਈਟ ਵੀ ਤਕਰੀਬਨ ਇਹ ਮੇਰੇ ਬਰਾਬਰ ਹੋਣੇ ਕੋ ਕਰੀਬ ਹੈ। ਆਜ 22 ਜੂਨ ਹੈ ਔਰ ਇਸਕੀ ਹਾਈਟ ਇਹ ਹੋ ਚੁੱਕੀ ਹੈ 150-150 ਟਿੰਡਾ ਤਿਆਰ ਹੋ ਰਿਹਾ ਹੈ। ਇਹ ਆਪ ਅਗਰ ਮਜ਼ੀਦ ਵੀਡੀਓ ਇਸ ਵਰਾਇਟੀ ਕੀ ਔਰ ਦੂਸਰੀ ਜੋ ਅਕਬਰ ਜ਼ਰਈ ਫਾਰਮ ਪੀਰ ਮਹਾਲ ਮੇਂ ਲਗੀ ਹੋਈ ਹੈ ਵੋ ਦੇਖਣਾ ਚਾਹਤੇ ਹੈ ਤੋ ਇਹ ਅਕਬਰ ਜ਼ਰਈ ਫਾਰਮ ਪੀਰ ਮਹਾਲ ਯੂਟਿਊਬ ਪੇ ਚੈਨਲ ਜੋ ਹੈ ਵੋ ਲਾਜ਼ਮੀ ਸਬਸਕ੍ਰਾਈਬ ਕਰ ਲੇ। ਯਹਾਂ ਪੇ ਫਾਰਮਰਸ ਕੋ ਮੁਖਤਲਿਫ ਕਿਸਮ ਕੀ ਬਿਮਾਰੀਓਂ ਸੇ ਤਦਾਰਕ ਕਿਸ ਤਰ੍ਹਾਂ ਹਮਨੇ ਕਰਨਾ ਹੈ ਵੋ ਮਸ਼ਵਰੇ ਦੀਏ ਜਾਤੇ ਹੈ ਔਰ ਅੱਛੀ ਅੱਛੀ ਜੋ ਵਰਾਇਟੀਆਂ ਹੈ ਕਾਟਨ ਕੀ ਉਨਕਾ ਜੋ ਹੈ ਓਵਰਵਿਊ ਦਿਆ ਜਾਤਾ ਹੈ, ਪੂਰੇ ਖੇਤ ਕਾ ਓਵਰਵਿਊ ਦਿਆ ਜਾਤਾ ਹੈ, ਸਿਰਫ ਇੱਕ ਪਲਾਂਟ ਚੈੱਕ ਨਹੀਂ ਕਰਵਾਇਆ ਜਾਤਾ ਜੀ। ਅੱਲਾ ਹਾਫਿਜ਼, ਦੁਆ ਮੇਂ ਯਾਦ ਰੱਖੇ, ਹਯਾਤ ਅਕਬਰ ਅਕਬਰ ਜ਼ਰਈ ਫਾਰਮ ਪੀਰ ਮਹਾਲ ਸੇ।